ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ। ਸੋ ਅੱਜ ਮੈਂ ਜਾਣਾ ਸੀਗਾ ਕਾਲਜ, ਉੱਥੇ ਯੂਨੀਫਾਰਮ ਚੱਕਣੀ ਸੀਗੀ ਅਤੇ ਆਪਣਾ ਆਈ ਕਾਰਡ ਵਗੈਰਾ ਲੈਣਾ ਸੀਗਾ। ਅਤੇ ਅੱਜ ਤੁਹਾਨੂੰ ਕਾਲਜ ਤੱਕ ਲੈ ਕੇ ਚੱਲਦੀ ਆ, ਤੁਹਾਨੂੰ ਜਿਹੜਾ ਬ੍ਰਮਟਨ ਦਾ ਟਰਮੀਨਲ ਬੱਸ ਸਟੋਪ ਆ, ਤੁਹਾਨੂੰ ਅੱਜ ਉਹ ਵੀ ਦਿਖਾਉਣੀ ਆ ਕਿ ਸਟੋਪ ਕੈਨੇਡਾ ਦੇ ਵਿੱਚ ਕਿੱਦਾਂ ਦਾ ਆ। ਬਾਕੀ ਮੈਂ ਇੱਕ ਸਟੋਰ ਦੇ ਵਿੱਚ ਵੀ ਜਾਣਾ ਸੀਗਾ ਜਿੱਥੋਂ ਇੱਕ ਦੋ ਚੀਜ਼ਾਂ ਚੱਕਣੀਆਂ ਸੀਗੀਆਂ, ਅਤੇ ਤੁਹਾਨੂੰ ਉਹ ਵੀ ਦਿਖਾਉਣੀ ਆ ਕਿ ਤੁਸੀਂ ਉਸ ਸਟੋਰ ਤੋਂ ਕੀ ਕੀ ਲੈ ਸਕਦੇ ਹੋ। ਉਹ ਵਾਲਾ ਸਟੋਰ ਬਹੁਤ ਜ਼ਿਆਦਾ ਵਧੀਆ ਆ। ਇਹ ਵਾਲਾ ਸਟੋਪ ਹੁੰਦਾ ਆ ਜਿੱਥੇ ਬੱਸਾਂ ਆ ਕੇ ਰੁਕਦੀਆਂ ਹੁੰਦੀਆਂ ਨੇ। ਸੋ ਇਹਦੇ ਵਿੱਚ ਨਾ ਮਿਰਰ ਸਾਰਾ ਲੱਗਿਆ ਹੁੰਦਾ ਆ, ਸੀਟਾਂ ਹੁੰਦੀਆਂ ਨੇ ਬੈਠਣ ਵਾਲੀਆਂ, ਇਹ ਸਾਰਾ ਗਲਾਸ ਦਾ ਬਣਿਆ ਹੁੰਦਾ। ਅਤੇ ਇੱਥੇ ਕਾਫੀ ਸਾਰੀਆਂ ਬੱਸਿਸ ਹੁੰਦੀਆਂ ਨੇ ਜਿਹੜੀਆਂ ਆ ਕੇ ਰੁਕਦੀਆਂ ਨੇ। ਅਤੇ ਇੱਥੇ ਉੱਪਰ ਜਿਹੜੀ ਲਾਈਟ ਤੁਹਾਨੂੰ ਦਿਖ ਰਹੀ ਆ, ਇੱਥੇ ਟਾਈਮਿੰਗ ਵਗੈਰਾ ਲਿਖੀ ਹੁੰਦੀ ਆ। ਸੋ ਇਹਦੇ ਵਿੱਚ ਐਡਵਰਟਾਈਜ਼ਮੈਂਟ ਕੀਤੀ ਹੁੰਦੀ ਆ, ਅਗਰ ਕਿਸੇ ਨੇ ਵੀ ਆਪਣੀ ਐਡਵਰਟਾਈਜ਼ਮੈਂਟ ਲਗਾਉਣੀ ਹੁੰਦੀ ਤਾਂ ਇੱਥੇ ਲਗਾਉਂਦੇ ਨੇ। ਇਹ ਬੱਸਾਂ ਦੀ ਇਨਫੋਰਮੇਸ਼ਨ ਹੁੰਦੀ ਆ, ਬੱਸ ਫੇਅਰ ਵੀ, ਤੁਹਾਡਾ ਕਿਰਾਇਆ ਮੰਥਲੀ ਕਿੰਨੇ ਦਾ ਆ, ਅਗਰ ਤੁਸੀਂ ਸੀਨੀਅਰ ਹੋ ਅਡਲਟ ਹੋ ਤਾਂ ਕਿੱਦਾਂ ਤੁਸੀਂ ਆਪਣਾ ਕਰਵਾ ਸਕਦੇ ਹੋ, ਇਹਦੇ ਵਿੱਚ ਸਾਰਾ ਹੁੰਦਾ ਹੈ। ਇਹ ਮੈਪ ਰੂਟ ਹੁੰਦਾ ਆ ਜਿਹਦੇ ਵਿੱਚ ਹਰ ਤਰ੍ਹਾਂ ਦੀ ਲੋਕੇਸ਼ਨ ਇਹਦੇ ਵਿੱਚ ਸ਼ੋਅ ਕੀਤੀ ਹੁੰਦੀ ਆ ਕਿ ਤੁਸੀਂ ਕਿਹੜੀ ਸਾਈਡ 'ਤੇ ਜਾਣਾ ਆ ਤਾਂ ਤੁਸੀਂ ਕਿਵੇਂ ਜਾ ਸਕਦੇ ਹੋ। ਸੋ ਇੱਥੇ ਹੁਣ ਮੈਂ ਡੋਲਰਾਮਾ ਦੇ ਵਿੱਚ ਆਈ ਸੀਗੀ, ਅਤੇ ਇੱਥੇ ਕਾਫੀ ਸਟੋਰ ਨੇ, ਲਾਈਕ ਵਾਲਮਾਰਟ ਹੋ ਗਿਆ, ਅਤੇ ਇੱਧਰ ANW ਆ ਅਤੇ ਸਮਾਈਲ ਵਾਲਾ ਵੀ ਆ। ਪਰ ANW ਦੇ ਵਿੱਚ ਹਾਇਰਿੰਗ ਚੱਲ ਰਹੀ ਹੈ, ਅਗਰ ਕਿਸੇ ਨੇ ਅਪਲਾਈ ਕਰਨਾ ਹੋਵੇ ਤਾਂ ਅਪਲਾਈ ਕਰ ਸਕਦੇ ਹੋ। ਡੋਲਰਾਮਾ ਜਾਣਾ ਸੀਗਾ, ਡੋਲਰਾਮਾ ਦੇ ਵਿੱਚ ਮੈਂ ਇੱਕ ਦੋ ਚੀਜ਼ਾਂ ਚੱਕਣੀਆਂ ਸੀਗੀਆਂ। ਇੱਥੇ ਸਾਰਾ ਹੈਲੋਵੀਨ ਦਾ ਸਮਾਨ ਪਿਆ ਆ, ਆਹ ਸਾਰੇ ਚੋਕਲੇਟ ਵਗੈਰਾ ਪਏ ਨੇ। ਇਹ ਸਾਰੇ ਹੈਗੇ ਨੇ $4 ਦੇ ਨੇ, ਆਹ ਹੈਗਾ $2 ਦਾ। ਬੜੀਆਂ ਬਾਸਕਟ ਵਗੈਰਾ ਪਈਆਂ ਨੇ, ਨਹੀਂ ਕਿਤੇ ਹਰ ਇੱਕ ਤਰ੍ਹਾਂ ਦੀ ਚੀਜ਼ ਮੋਸਟਲੀ ਮਿਲ ਹੀ ਜਾਂਦੀ ਆ। ਇਹ ਸਾਰਾ ਕਿਚਨ ਦਾ ਸਮਾਨ ਪਿਆ ਹੋਇਆ, ਟਾਵਲ ਵਗੈਰਾ ਇੱਧਰ ਪਏ ਨੇ, ਆਹ ਸਾਰੇ ਬੋਕਸ ਵਗੈਰਾ ਪਏ ਨੇ, ਇੱਧਰ ਕਿਚਨ ਦਾ ਸਮਾਨ ਆ, ਆਹ ਬਾਊਲਸ ਵਗੈਰਾ ਪਈਆਂ ਨੇ, ਆਹ ਬੜਾ ਦੁੱਧ ਦਾ ਬੈਗ ਦੇ ਵਿੱਚ ਪਾਈਦਾ ਹੁੰਦਾ ਆ। ਬੜੀ ਇੱਕ ਡੱਬੀ ਦਾ, ਐਡੀ ਕੁ ਇੱਕ ਡੱਬੀ 125 ਦੀ ਪੈਂਦੀ ਆ, ਛੋਟੀਆਂ ਡੱਬੀਆਂ। ਹਰ ਇੱਕ ਦਾ ਪ੍ਰਾਈਸ ਡਿਫਰੈਂਟ ਡਿਫਰੈਂਟ ਹੁੰਦਾ ਆ, ਜਿਵੇਂ ਹੁਣ ਇਹਨਾਂ ਦਾ ਪ੍ਰਾਈਸ ਅਲੱਗ ਤੋਂ ਆ, ਇਹ $2 ਦੀ ਆ। ਆਹ ਸੂਪ ਪਏ ਨੇ, ਅਤੇ ਆਹ ਕਿਚਨ ਦਾ ਮੋਸਟਲੀ ਸਾਰਾ ਸਮਾਨ ਇੱਧਰਲੀ ਸਾਈਡ ਪਿਆ ਆ, ਪਾਈਨ ਸੋਲ ਵਗੈਰਾ ਪਏ ਨੇ, ਲਾਈਜ਼ੋਲ ਵਗੈਰਾ ਸਾਰਾ ਕੁਛ ਇੱਧਰ ਪਿਆ ਆ। ਆਹ ਵਾਲੇ ਬਰੂਮ ਵਗੈਰਾ ਪਏ ਨੇ, ਇੱਧਰ ਸਾਰੇ ਬਰੂਮਸ ਵਗੈਰਾ ਨੇ, ਇਹ ਵਾਲੇ ਸਾਰੇ ਟੀਸ਼ੂਸ ਵਗੈਰਾ ਨੇ, ਆਹ ਸਾਰੇ ਟੀਸ਼ੂਸ ਨੇ। ਆਹ ਵਾਲੀ ਇਹਦੀ 125 ਦੀ ਆ, ਛੋਟੀਆਂ ਛੋਟੀਆਂ ਚੀਜ਼ਾਂ ਨਹੀਂ ਹਨ, ਕਾਫੀ 125 ਦੀਆਂ ਨੇ। ਇਸ ਸਟੋਰ ਦੇ ਉੱਪਰ ਬਹੁਤ ਸਸਤਾ ਸਮਾਨ ਮਿਲ ਜਾਂਦਾ ਆ ਜੇ ਲੈਣਾ ਆ, ਇੱਦਾਂ ਦੀਆਂ ਸਾਰੀਆਂ ਚੀਜ਼ਾਂ ਮਿਲ ਜਾਂਦੀਆਂ ਨੇ ਕਲੋਸਟ ਵਗੈਰਾ ਦੇ ਵਿੱਚ ਰੱਖਣ ਨੂੰ। ਇਹ ਵਾਲਾ $3 ਦਾ ਆ, ਆਹ ਫਰਾਈ ਪੀਨ $4 ਦਾ ਆ, ਚਾਹ ਪਾਣੀ ਕੋਈ ਐਡੀ ਵੱਡੀ। ਆਹ ਨਾਈਫ ਪਏ ਨੇ, ਨਾਈਫ $2 ਦੇ ਨੇ ਆਹ ਵਾਲੇ। ਆਹ ਸਾਰਾ ਸਪੂਨਾਂ ਦਾ ਸੈੱਟ ਪਿਆ ਆ, ਇਹ $4 ਦਾ ਆ। ਆਹ ਵਾਲੀਆਂ ਫੱਟੀਆਂ ਨੇ, ਇਹਨਾਂ ਦੇ ਉੱਪਰ ਅਸੀਂ ਰੱਖ ਕੇ ਕੱਟਦੇ ਹੁੰਦੇ ਹਾਂ ਸਬਜ਼ੀਆਂ ਵਗੈਰਾ, ਇਹ $2.50 ਦੀਆਂ ਚੀਜ਼ਾਂ ਨੇ। ਬਈ ਕਿਤੇ ਹਰ ਇੱਕ ਚੀਜ਼ ਮਿਲ ਜਾਂਦੀ ਆ, ਜਿਵੇਂ ਹੁਣ ਇਹਦੇ ਵਿੱਚ ਆ ਸਾਰਾ ਸੈੱਟ ਆ, ਇਹਦੇ ਵਿੱਚ ਕੜਛੀ ਵੀ ਆ ਅਤੇ ਕਾਫੀ ਕੁਛ ਆ, ਕੁਰਚਣਾ ਵੀ ਆ, ਵੀ ਆ ਸਾਰਾ ਕੁਛ ਆ। ਇਹ ਸਾਰਾ $4 ਦਾ ਆ, ਜੇ ਆਪਾਂ ਇਕੱਲਾ ਲੈਂਦੇ ਹਾਂ ਤਾਂ 125 ਦਾ ਪੈ ਜਾਂਦਾ ਆ। ਅਜੇ ਸਾਰੀਆਂ ਚੀਜ਼ਾਂ ਮੇਰੇ ਹੱਥ 125 ਦੀਆਂ ਲੱਗ ਰਹੀਆਂ ਨੇ। ਅਤੇ ਆਹ ਵਾਲਾ ਵੀ ਵਧੀਆ ਹੁੰਦਾ ਆ, ਇਹ ਵੀ ਚਮਟਾ ਹੀ ਹੁੰਦਾ ਆ $1 ਦਾ। ਆਹ ਸਾਰਾ ਹੈਲੋਵੀਨ ਦਾ ਸਮਾਨ ਆ, ਆਹ ਵਾਲਾ 31 ਤਰੀਕ ਨੂੰ ਹੈਲੋਵੀਨ ਆ ਰਿਹਾ ਆ। ਆਹ ਸਾਰੀਆਂ ਬੈਟਰੀਜ਼ ਵਗੈਰਾ, ਫੋਨਸ ਅਤੇ ਚਾਰਜਰ ਵਗੈਰਾ ਸਾਰਾ ਕੁਛ ਆ ਜਾਂਦਾ ਆ ਇਹਦੇ ਵਿੱਚ। ਇਹ $4 ਦੇ ਨੇ, ਛੋਟਾ $3.50 ਦਾ ਆ, $4 ਦੇ ਨੇ। ਕੱਪ ਵਗੈਰਾ ਪਏ ਨੇ, ਇੱਧਰ ਕਿਚਨ ਦਾ ਸਮਾਨ ਵੀ ਇੱਧਰ ਇਹਨਾਂ ਨੇ ਰੱਖਿਆ ਹੋਇਆ ਆ। ਬੱਲਬ ਵਗੈਰਾ, ਬੱਲਬ ਵੀ $1 ਦਾ ਪੈਂਦਾ ਆ ਇੱਕ।
इधर सारा किचन का समान पिया है, सो मैं इधरों कुछ नहीं चाहिए है, तो मैं थोड़े करके चल जाती हाँ तो दिखा दिनी हाँ। कैचअप वगैरह ये भी पाइं ने, बट इतों कोई इन्ना खाण पीन का समान जगता नहीं है, सारे ग्रोसरी स्टोर तो ही जगते हैं। नॉफ्रेल वगैरह हो गया, फ्रैशको हो गया, वालमार्ट वगैरह हो गया, इदा का लगे इतने टोपियाँ वगैरह भी बहुत पईं ने, काफ़ी चीज़ा इतने पईं ने, लै सकते हैं आप। इन्होंने हर एक चीज़ की लाइन बनाई हुई है, हर एक लाइन के अलग अलग तरह दीज़ा पईं ने, किसी के किचन का समान पिया आ, किसी के कुछ होर पिया आ, जी हम ये वाली लाइन है ये सारा लेज वगैरह पे ने, किचन का सारा समान पिया है, जरा जरा फूड कोई भी यूज़ करना है, ज़्यादा फूड नहीं इतों मिलता है, थोड़ा बहुत आया कॉफ़ी वगैरह हो गई या फिर कोई होर चीज़ा हो गई, उदा दीज़ा मिल गई ने। मेरे पिछे सारे भूत पे ने, हैलोवीन आ रहा है 31st न, सारे अपने घर के सामने इन्हों यूज़ करते होंगे ने, उत्थे लाते होंगे ने। सो इन्हों का काफ़ी ट्रेंड है इधर कैनेडा के, इन्हों बहुत मानते हैं, 31st हैलोवीन का डे कहते हैं, उदो पहला उन्होंने घर सजा देंगे ने, उस तो पहला पहला फिर 31st फिर बच्चे जाके घर घर कैंडीज वगैरह इकट्ठिया करते हैं, जिमें हम पिछे इतने सारे फ्लावर वगैरह पे ने, वैसे बहुत वधिया चीज़ा ने, सारे फ्लावर ने आ वाले, फ्लावर का प्राइस भी 125 का आ, सारे छोटे छोटे ने, इन्हों के दो दो तीन तीन होंगे, जिदा हूँ ए वाला आ, ए वाले का प्राइस इन्होंने 125 कुछ कदा होगा है नहीं गया, जिमें हूँ ए वाला आ, बड़े सोहने ने, तो यदा प्राइस हैगा 125 का, आई थिंक थोड़ा दिखता होगा। सो बहुत ज़्यादा वधिया लगे आ, बट ये अद्धे फुल है नहीं गे, नहीं मैं लै लेना सीगा, वाला ए वाला आ, ये भी बहुत ज़्यादा वधिया आ। $4 का है, सोहना लग रहा है। तो मैं हमेशा बुक ना रखती हूँ, मोस्टली पढ़ती हूँ जो टाइम मिलता है, यहाँ बसिस होंदिया ने, इंडिया दसा कितें तो इतों दिया कि सारा सिस्टम ये लगे होंगे, बड़िया सारिया सीट्स वगैरह ने। यह वाला बस स्टॉप मेन टर्मिनल है ब्रमटन का, इतने सारिया बसा आके रुकदियाँ, इधर काफ़ी व्डा आ। तो मैं KFC आई सी, बहुत टाइम बाद आई हाँ, बाहरों वैसे मैं बहुत घट खानी हाँ, कभी होंगे या खानी हाँ। सो मैं बर्गर ऑर्डर किया है, तो बर्गर के नाल नाल इन्होंने मैंने एक स्लिप दी है, इन्होंने मैंने एक अपनी वैबसाइट देती है, वैबसाइट के उपर जाके कहते सूँ भी इदा कर दी, वो तो मेरा फ्री कुछ मिलने के, जहाँ फिर मैं चिकन वगैरह मिलूगा, पर चिकन तो मैं खाती नहीं हूँ, सो उन्होंने मैंने फ्राइज ऑफर किया है, तो मैं फ्राइज भी मिल सकती है। सो मैं तो वैसे कभी इस स्टोर के आना नहीं है, मैं फस्ट टाइम ही आई सी ये, सो मैं अगर करना होगा तो मैं वैबसाइट पर जाके कर दूँ। एक तो फ्राइज देंगे होंगे ने, तो इन्हों कैचअप होंगी है, ठीक है, तो एक तो मत एक वाला बर्गर आ, सो मेरा वेजी बर्गर होंगे आ, तो मैं वेजी बर्गर ऑर्डर किया, मेरी ड्रिंक आ, सो मैं अपना इंजॉय करती हूँ लंच। सो मैं हूँ इतने वीडियो का एंड करती हूँ, आई होप तुम्हें मेरी वीडियो वधिया लगी होगी, जो वीडियो वधिया लगी लाइक शेयर जरूर करो, तो कमेंट करके भी जरूर दस्यो वीडियो किदां दी लगी, तो मेरे चैनल में सबसक्राइब भी जरूर करो। थैंक यू सो मच फॉर वॉचिंग माई वीडियो।